ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰਾਂ ਦੀ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਇਹ ਭ੍ਰਿਸ਼ਟਾਚਾਰ ਹੋ ਕਦੋਂ ਗਿਆ ਕੀ ਇਹ ਦਿਨ ਦਿਹਾੜੇ ਹੁੰਦਾ ਰਿਹਾ ਜਾਂ ਰਾਤ ਭਰਾਤ ਤੇ ਅਜਿਹੀਆਂ ਫਾਈਲਾਂ ਤਿਆਰ ਕੀਤੀਆਂ ਗਈਆਂ ਕਿ ਅਫਸਰਾਂ ਨੇ ਮਿਲੀ ਭੁਗਤ ਦੇ ਨਾਲ ਹੀ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਪਰ ਹੁਣ ਹੌਲੀ ਹੌਲੀ ਕਰਕੇ ਪਰਤਾਂ ਖੁੱਲਣ ਲੱਗੀਆਂ ਨੇ ਇੱਕ ਇੱਕ ਕਰਕੇ ਪੇਜ ਫਰੋਲੇ ਜਾ ਰਹੇ ਨੇ ਕਿ ਕਿਸ ਨੇ ਕਿੱਥੇ ਗੜਬੜੀ ਕੀਤੀ ਇੱਕ ਮਾਮਲਾ ਸਿੱਧਾ ਜੁੜਿਆ ਹੈ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਦੇ ਨਾਲ ਜਿੱਥੇ ਆਂਗਣਵਾੜੀ ਵਰਕਰ ਹਮੇਸ਼ਾ ਇਹੀ ਹੜਤਾਲ ਤੇ ਰਹਿੰਦੇ ਨੇ ਧਰਨੇ ਤੇ ਰਹਿੰਦੇ ਨੇ ਮੰਗਾ ਮੰਵਾਉਂਦੇ ਨੇ ਮੀਟਿੰਗ ਲਈ ਸਮਾਂ ਨਹੀਂ ਮਿਲਦਾ ਪਰ ਦੂਜੇ ਪਾਸੇ ਆਂਗਣਵਾੜੀ ਦੇ ਅੰਦਰ ਜੱਚਾ ਤੇ ਬੱਚਾ ਦੀ ਸਿਹਤ ਨੂੰ ਕਾਮਯਾਬ ਰੱਖਣ ਦੇ ਲਈ ਮਜ਼ਬੂਤ ਕਰਨ ਦੇ ਲਈ ਸੇਤ ਸੁਰੱਖਿਆ ਦੇ ਲਈ ਰਜਿਸਟਰ ਦੀ ਲੋੜ ਹੁੰਦੀ ਹੈ ਆਂਗਣਵਾੜੀ ਵਰਕਰਾਂ ਦੇ ਕੋਲ ਉਹਨਾਂ ਦੇ ਸਾਰਾ ਖਾਤਾ ਮੈਂਟੇਨ ਕਰਨ ਦੇ ਲਈ ਕਿ ਖੁਰਾਕ ਕਿੰਨੀ ਦਿੱਤੀ ਗਈ ਬੱਚੇ ਨੂੰ ਕੀ ਦਿੱਕਤ ਆਈ ਔਰ ਕਦੋਂ ਦਿਖਾਇਆ ਗਿਆ ਉਹ ਸਮੇਂ-ਸਮੇਂ ਦੇ ਉੱਤੇ ਸਾਰੀ ਜਿਹੜੀ ਸਰਕਾਰ ਦੀ ਸਹੂਲਤ ਹੁੰਦੀ ਹੈ ਬੱਚੇ ਨੂੰ ਤੇ ਜੱਚੇ ਨੂੰ ਦੇਣ ਦੀ ਗੱਲ ਤੋਰੀ ਜਾਂਦੀ ਹੈ ਕਿਉਂਕਿ ਕਿ ਨੀਤੀ ਹੈ ਉਸ ਦੇ ਲਈ 11 ਰਜਿਸਟਰਾਂ ਦਾ ਉਪਯੋਗ ਹੁੰਦਾ ਵਰਤੋਂ ਹੁੰਦੀ ਹੈ ਪਰ ਖੁਲਾਸਾ ਇਹ ਹੋ ਗਿਆ ਮਾਨ ਸਰਕਾਰ ਦੇ ਅੰਦਰ ਕਿ ਉਹ 11 ਰਜਿਸਟਰ ਛਾਪੇ ਗਏ ਉਹਨਾਂ ਦਾ ਇੱਕ ਅਨੁਮਾਨਤ ਖਰਚਾ ਸੀ ਇੱਕ ਬੱਚੇ ਦੇ ਲਈ ਇੱਕ ਕੇਸ ਦੇ ਲਈ ਜੇਕਰ 11 ਰਜਿਸਟਰਾਂ ਦੀ ਲੋੜ ਪੈਂਦੀ ਹੈ ਤਾਂ ਉਸ ਦਾ ਅਨੁਮਾਨਤ ਖਰਚਾ ਸੀ ਜਿਹੜਾ ਉਹ 1 ਕਰੋੜ 19 ਲੱਖ ਰੁਪਈਆ ਬਣਦਾ ਸੀ ਪਰ ਖਰਚ ਕਿੰਨਾ ਹੋ ਗਿਆ 2 ਕਰੋੜ 73 ਲੱਖ ਤਾਂ ਇੰਨਾ ਵੱਡਾ ਪਾੜਾ ਕਿਵੇਂ ਹੋ ਸਕਦਾ ਹੈ ਬਾਕੀ ਦੇ ਪੈਸੇ ਕੌਣ ਡਕਾਰ ਗਿਆ ਕੌਣ ਖਾ ਗਿਆ ਇਹ ਸਾਰੇ ਮਸਲੇ ਦੀ ਜਾਂਚ ਹੈ ਜਿਹੜੀ ਉਹ ਹੋਣੀ ਸੀ ਇਸ ਮਸਲੇ ਦੇ ਵਿੱਚ ਅਗਸਤ 2022 ਨੂੰ ਪਹਿਲਾਂ ਹੀ ਜਦੋਂ ਮਾਮਲਾ ਆਉਂਦਾ ਹੈ ਧਿਆਨ ਦੇ ਵਿੱਚ ਇਸ ਵਿਭਾਗ ਦੇ ਜਿਹੜੇ ਮੰਤਰੀ ਨੇ ਉਹ ਬਲਜੀਤ ਕੌਰ ਨੇ ਉਹਨਾਂ ਦੇ ਧਿਆਨ ਵਿੱਚ ਵੀ ਜਦੋਂ ਮਸਲਾ ਆਇਆ ਸੀ ਤੇ ਉਸ ਤੋਂ ਬਾਅਦ ਹਦਾਇਤਾਂ ਦਿੱਤੀਆਂ ਗਈਆਂ ਕਿ ਇਸ ਮਸਲੇ ਦੇ ਸਬੰਧੀ ਹੈ ਜਿਹੜੀ ਜਾਂਚ ਪੜਤਾਲ ਮੁਢਲੀ ਆ ਸ਼ੁਰੂ ਕਰ ਦਿੱਤੀ ਜਾਵੇ ਇਸ ਮਸਲੇ ਵਿੱਚ ਹਾਲੇ ਤੱਕ ਕੋਈ ਸਿੱਟਾ ਤਾਂ ਨਹੀਂ ਬਣੀ ਪਰ ਆਪਣੇ ਪੱਧਰ ਦੇ ਉੱਤੇ ਜਦੋਂ ਇਸੇ ਵਿਭਾਗ ਦੇ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਫైనాన్స్ ਵਿਭਾਗ ਨੂੰ ਕੇਸ ਸਬੰਧੀ ਜਿਹੜੀ ਮੁੱਢਲੀ ਜਾਣਕਾਰੀ ਇਕੱਤਰ ਕੀਤੀ ਜਾਵੇ ਦੱਸਿਆ ਜਾਵੇ ਕਿ ਕਿੱਥੇ ਗੜਬੜੀ ਹੋਈ ਹੈ ਇਸ ਮਸਲੇ 'ਚ ਫਿਰ ਫਾਈਨਾਂਸ ਨੇ ਹੁਣ ਤੱਕ ਕੀਤਾ ਕਿਉਂ ਨਹੀਂ ਕੁਝ ਅਗਸਤ ਦੀ ਗੱਲ ਹੈ ਅਗਸਤ 2022 ਦੇ ਵਿੱਚ ਇਹ ਕਹਿ ਦਿੱਤਾ ਗਿਆ ਸੀ ਕਿ ਸਾਰਾ ਕੁਝ ਰਿਕਾਰਡ ਇਕੱਠਾ ਕੀਤਾ ਜਾਵੇ ਪਰ ਹਾਲੇ ਤੱਕ ਕੋਈ ਥੋ ਪਤਾ ਨਹੀਂ ਲੱਗਿਆ ਇਸ ਮਸਲੇ 'ਚ ਹੋਇਆ ਕੀ ਹੈ 1 ਕਰੋੜ 19 ਲੱਖ ਦਾ ਖਰਚਾ ਅਨੁਮਾਨਿਤ ਸੀ ਪਰ 2 ਕਰੋੜ 73 ਲੱਖ ਰੁਪਈਆ ਖਰਚਾ ਕਿਵੇਂ ਆ ਗਿਆ ਇਹ ਖਰਚੇ ਦੀ ਜਿਹੜੀ ਰਕਮ ਹੈ ਉਹ ਕੋਈ 2 4 ਜਾਂ 5 ਲੱਖ ਦਾ ਫਰਕ ਨਹੀਂ ਪਿਆ ਕਿ ਅਨੁਮਾਨ ਦੇ ਅਨੁਸਾਰ 4 ਤੋਂ 5 ਲੱਖ ਰੁਪਈਆ ਵੱਧ ਵੀ ਖਰਚ ਹੋ ਸਕਦਾ ਹੈ ਕਿਉਂਕਿ ਸਟੇਸ਼ਨਰੀ ਆ ਜਿਹੜੀ ਉਹ ਵੀ ਬਾਕੀ ਜਿਵੇਂ ਚੀਜ਼ਾਂ ਦੇ ਵਿੱਚ ਜੀਐਸਟੀ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਮਹਿੰਗਾਈ ਵੀ ਵੱਧ ਗਈ ਹੈ ਤਾਂ ਉਹ ਸਾਰੀਆਂ ਕਰਕੇ ਖਰਚਾ ਜਿਹੜਾ ਵੱਧ ਸਕਦਾ ਹੈ ਅਨੁਮਾਨ ਖਰਚਾ ਹੋ ਸਕਦਾ ਹੈ ਅਨੁਮਾਨ ਹੈ ਜਿਹੜਾ ਉਹ ਮੰਨ ਲਓ ਕਿ 2016 ਦੇ ਵਿੱਚ ਲਗਾਇਆ ਗਿਆ ਹੋਵੇ ਖਰਚਾ ਜਿਹੜਾ ਉਹ ਹੋ ਗਿਆ ਹੋਵੇ 2018 ਦੇ ਵਿੱਚ ਤਾਂ ਉਹ ਸਮੇਂ ਦਾ ਵੀ ਗੈਪ ਪੈ ਸਕਦਾ ਇਸ ਕਰਕੇ ਥੋੜਾ ਬਹੁਤਾ ਫਰਕ ਤਾਂ ਦਰਜ ਹੋ ਸਕਦਾ ਪਰ ਇੰਨਾ ਵੱਡਾ ਪਾੜਾ ਕਿਵੇਂ ਨਜ਼ਰ ਆਇਆ ਜਦੋਂ ਸ਼ੱਕ ਦੀ ਨਜ਼ਰ ਨਾਲ ਇਸ ਨੂੰ ਵੇਖਿਆ ਗਿਆ ਤਾਂ ਪਾਇਆ ਇਹ ਗਿਆ ਮੁੱਢਲੇ ਤੌਰ ਦੇ ਉੱਤੇ ਕਿ ਕਿਤੇ ਨਾ ਕਿਤੇ ਕਪਲੇਬਾਜੀ ਹੋਗੀ ਇਹਨਾਂ ਰਜਿਸਟਰਾਂ ਦੇ ਵਿੱਚ ਵੀ ਕਪਲੇਬਾਜੀ ਕਿਉਂ ਹੋਗੀ ਕਿਵੇਂ ਹੋਗੀ ਵਿਸਥਾਰ ਨਾਲ ਦੱਸਦੇ ਹਾਂ ਕਿ ਪੰਜਾਬ ਦੇ ਵਿੱਚ 27000 ਨੇ ਜਿਹੜੇ 316 ਆਂਗਣਵਾੜੀ ਸੈਂਟਰ ਨੇ ਜਿੱਤੇ ਰਜਿਸਟਰਾਂ ਦੀ ਛਪਵਾਈ ਹੁੰਦੀ ਹੈ ਹਰ ਸਾਲ ਵੀ ਛਾਪੇ ਜਾਂਦੇ ਨੇ ਤੇ ਜੇਕਰ ਗਿਣਤੀ ਵੱਧ ਜਾਵੇ ਤੇ ਉਹਨਾਂ ਨੂੰ ਅਗਲੇ ਸੈਸ਼ਨ ਦੇ ਲਈ ਵੀ ਕਈ ਵਾਰ ਵਰਤ ਲਿਆ ਜਾਂਦਾ ਹੈ ਇਸ ਮਸਲੇ ਦੇ ਵਿੱਚ ਜਦੋਂ ਰਜਿਸਟਰਾਂ ਦੀ ਗਿਣਤੀ ਛਪਵਾਈ ਗਈ ਤਾਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਜੱਚਾ ਤੇ ਬੱਚਾ ਦੀ ਸਿਹਤ ਨੂੰ ਸੰਤੁਲਿਤ ਰੱਖਣ ਦੇ ਲਈ ਸੁਰੱਖਿਅਤ ਰੱਖਣ ਦੇ ਲਈ ਰਿਕਾਰਡ ਮੇਨਟੇਨ ਰਜਿਸਟਰ ਤਿਆਰ ਕੀਤੇ ਗਏ 11 ਰਜਿਸਟਰਾਂ ਦੀ ਜ਼ਰੂਰਤ ਪੈਂਦੀ ਹੈ ਨੀਤੀ ਦੇ ਮੁਤਾਬਕ ਤੇ ਜਨਵਰੀ ਦੇ ਵਿੱਚ ਵਿਭਾਗ ਨੇ ਇਹਨਾਂ ਰਜਿਸਟਰਾਂ ਦੀ ਛਪਾਈ ਕਰਵਾਈ ਤੇ 1 ਕਰੋੜ 19 ਲੱਖ 569 ਰੁਪਏ ਦਾ ਖਰਚਾ ਜਿਹੜਾ ਅਨੁਮਾਨਿਤ ਦੱਸਿਆ ਗਿਆ ਜਨਵਰੀ ਦੇ ਵਿੱਚ ਛਪਾਈ ਹੁੰਦੀ ਹੈ ਜਨਵਰੀ 2022 ਦੇ ਵਿੱਚ ਪਰ ਇਸ ਮਸਲੇ ਦੇ ਵਿੱਚ ਛਪਾਈ ਦੇ ਲਈ ਇੰਨਾ ਖਰਚਾ ਕਿਵੇਂ ਆ ਗਿਆ ਇਸ ਮਸਲੇ ਦੇ ਵਿੱਚ ਇਹ ਕਿਹਾ ਗਿਆ ਕਿ ਸ਼ਿਪਾਈ ਦੀ ਜਿਹੜੀ ਮਨਜ਼ੂਰੀ ਹੈ ਉਹ ਰਜਿਸਟਰਾਂ ਨੂੰ ਛਾਪਣ ਦੀ ਤੇ ਸੈਂਟਰਾਂ ਨੂੰ ਭੇਜਣ ਦੀ ਇਸ ਸਾਰੇ ਮਸਲੇ ਦੇ ਵਿੱਚ ਛਾਪਣ ਤੋਂ ਲੈ ਕੇ ਭੇਜਣ ਤੱਕ 2 ਕਰੋੜ 73 ਲੱਖ ਰੁਪਏ ਦਾ ਭੁਗਤਾਨ ਹੈ ਜਿਹੜਾ ਉਹ ਕਰ ਦਿੱਤਾ ਗਿਆ ਜਦਕਿ ਐਡੀਸ਼ਨਲ ਸੈਕਟਰੀ ਨੇ ਭੁਗਤਾਨ ਕਰਨ ਤੋਂ ਮਨਾ ਕਰ ਦਿੱਤਾ ਸੀ ਜਦੋਂ ਸ਼ੱਕ ਦੇ ਨਜ਼ਰ ਨਾਲ ਵੇਖਿਆ ਗਿਆ ਇਸ ਨੂੰ ਇਸ ਦੇ ਬਾਵਜੂਦ ਵੀ ਇਹ ਭੁਗਤਾਨ ਹੈ ਜਿਹੜਾ ਫਾਈਨਾਂਸ ਡਿਪਾਰਟਮੈਂਟ ਹੈ ਉਹ ਕਰ ਦਿੰਦਾ ਹੈ ਹੁਣ ਕਿਸ ਦੀ ਮਨਜ਼ੂਰੀ ਨਾਲ ਹੋਇਆ ਕਿਸ ਦੀ ਸ਼ਹਿਤ ਤੇ ਹੋਇਆ ਇਸ ਬਾਰੇ ਜਾਂਚ ਹੋਣੀ ਹਾਲੇ ਬਾਕੀ ਹੈ ਇਸ ਮਾਮਲੇ ਦੇ ਵਿੱਚ ਜਲਦਬਾਜੀ ਹੈ ਜਿਹੜੀ ਉਹ ਦਿਖਾ ਦਿੱਤੀ ਗਈ ਤੇ ਸਪੈਸੀਫਿਕ ਹੈ ਜਿਹੜਾ ਉਹ ਧਿਆਨ ਨਹੀਂ ਰੱਖਿਆ ਗਿਆ ਇਸ ਮਸਲੇ ਦੇ ਵਿੱਚ ਜਿਹੜੇ ਜਿਹੜੇ ਅਧਿਕਾਰੀ ਸ਼ਾਮਲ ਸੀ ਹੁਣ ਉਹਨਾਂ ਤੋਂ ਪੁੱਛਗਿੱਛ ਵੀ ਹੋ ਸਕਦੀ ਹੈ ਇਸ ਮਸਲੇ ਦੇ ਵਿੱਚ ਜਾਂਚ ਕਰਨ ਦੀ ਜਿਹੜੀ ਗੱਲ ਹੈ ਤੋਰੀ ਗਈ ਹੈ ਇਸ ਮਸਲੇ 'ਚ ਜਦੋਂ ਗੱਲਬਾਤ ਕੀਤੀ ਗਈ ਹੈ ਮੰਤਰੀ ਬਲਜੀਤ ਕੌਰ ਨਾਲ ਤਾਂ ਉਹਨਾਂ ਨੇ ਮੀਡੀਆ ਨੂੰ ਬਿਆਨ ਇੱਕ ਵੀ ਦਿੱਤਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਨਿਜਮਾ ਦੇ ਵਿੱਚ ਜਿੱਥੇ-ਜਿੱਥੇ ਵੀ ਪੁਤਾਈ ਵਰਤੀ ਗਈ ਹੈ ਉਸ ਮਸਲੇ ਦੇ ਵਿੱਚ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਜੇਕਰ ਕੋਈ ਗੜਬੜ ਪਾਈ ਗਈ ਕਿਉਂਕਿ ਗੜਬੜ ਇਸ ਕਰਕੇ ਸ਼ੱਕ ਦੇ ਦਾਰੇ ਵਿੱਚ ਰੱਖੀ ਜਾ ਰਹੀ ਹੈ ਕਿ 1 ਕਰੋੜ 19 ਲੱਖ ਦਾ ਜਿਹੜੀ ਥਾਂ ਦੇ ਉੱਤੇ ਜਿਹੜੇ ਕੰਮ ਦੇ ਲਈ ਖਰਚਾ ਆਉਣਾ ਹੋਵੇ ਉੱਥੇ 2 ਕਰੋੜ 73 ਲੱਖ ਰੁਪਈਆ ਖਰਚ ਕਿਵੇਂ ਹੋ ਸਕਦਾ ਇੰਨਾ ਵੱਡਾ ਫਰਕ ਕਿਵੇਂ ਹੈ ਤੇ ਜਾਂਚ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੈ ਸਮੇਂ ਦੇ ਅੰਦਰ ਅੰਦਰ ਹੀ ਜਦੋਂ ਜਾਂਚ ਸਾਹਮਣੇ ਆ ਜਾਏਗੀ ਤਾਂ ਫਿਰ ਉਸ ਸੰਬੰਧੀ ਉਸੇ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਜਿਸ ਤਰੀਕੇ ਦੇ ਨਾਲ ਗੜਬੜੀ ਕੀਤੀ ਗਈ ਹੈ ਹੁਣ ਮਨਾ ਕਰਨ ਦੇ ਬਾਅਦ ਵੀ ਫਾਈਨਾਂਸ ਡਿਪਾਰਟਮੈਂਟ ਨੇ ਜਿਹੜੀ ਆ ਰਾਸ਼ੀ ਕਿਉਂ ਜਾਰੀ ਕਰ ਦਿੱਤੀ ਪੈਸੇ ਕਿਉਂ ਜਾਰੀ ਕਰ ਦਿੱਤੇ ਅਗਸਤ ਦੇ ਵਿੱਚ ਇਸ ਬਾਰੇ ਜਦੋਂ ਮਾਮਲਾ ਧਿਆਨ ਦੇ ਵਿੱਚ ਆਉਂਦਾ ਹੈ ਤੇ ਉਦੋਂ ਬਾਅਦ 23 ਅਗਸਤ 2022 ਨੂੰ ਸਪੈਸ਼ਲ ਚੀਫ ਸਕੱਟਰੀ ਨੇ ਜਿਹੜੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਉਹਨਾਂ ਨੇ ਇਸ ਸੰਬੰਧੀ ਫਾਈਨਾਂਸ ਵਿਭਾਗ ਨੂੰ ਲਿਖ ਕੇ ਦੇ ਦਿੱਤਾ ਕਿ ਜਿਹੜੀ ਫਾਈਲ ਹੈ ਉਹ ਭੇਜੋ ਉਸ ਦੇ ਵਿੱਚ ਰਿਕਾਰਡ ਹੈ ਸਾਰਾ ਉਹ ਭੇਜੋ ਕਿਆਖਰ ਕਰ ਖਰਚਾ ਹੋਇਆ ਕਿਵੇਂ ਇਹ ਸਾਰੀਆਂ ਗੱਲਾਂ ਪਰ ਇਸ ਦੇ ਬਾਵਜੂਦ ਵੀ ਰੋਕ ਲਾਉਣ ਤੇ ਵੀ ਕਿ ਪੈਸੇ ਜਾਰੀ ਨਾ ਕੀਤੇ ਜਾਣ ਫਿਰ ਵੀ ਜਾਰੀ ਕਰ ਦਿੱਤੇ ਗਏ ਹਾਲੇ ਤੱਕ ਜਿਹੜਾ 3 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਹਾਲੇ ਤੱਕ ਇਸ ਮਸਲੇ ਦੇ ਵਿੱਚ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਇਸ ਮਸਲੇ ਦੇ ਵਿੱਚ ਮਹਿਕਮੇ ਦੇ ਮੰਤਰੀ ਕਹਿ ਚੁੱਕੇ ਨੇ ਕਿ ਜਾਂਚ ਜਾਰੀ ਹੈ ਪਰ ਠੋਸ ਰੂਪ ਦੇ ਵਿੱਚ ਅਮਲੀ ਰੂਪ ਦੇ ਵਿੱਚ ਕੋਈ ਜਾਂਚ ਪੜਤਾਲ ਹੈ ਉਹ ਸਾਹਮਣੇ ਨਹੀਂ ਆਈ ਤੇ ਇਹਨਾਂ ਮਸਲਿਆਂ ਦੇ ਵਿੱਚ ਤਿੰਨ ਅਫਸਰਾਂ ਦਾ ਨਾਮ ਵੀ ਦੱਸਿਆ ਜਾ ਰਿਹਾ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਜਿਹੜੇ ਅਫਸਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਤਰੀਕੇ ਦੇ ਨਾਲ ਕਿਵੇਂ ਤਲਾਬ ਕੀਤਾ ਜਾਂਦਾ ਕੀ ਪੁੱਛਿਆ ਜਾਂਦਾ ਇਹ ਸਾਰਾ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਆਂਗਣਵਾੜੀ ਸੈਂਟਰ ਨੇ ਜਿਹੜੇ ਜਿਨ੍ਹਾਂ ਦੀ ਗਿਣਤੀ ਪੰਜਾਬ ਦੇ ਵਿੱਚ 26000 ਤੋਂ ਵੱਧ ਹੈ ਉਥੇ ਜਿਹੜੇ ਰਜਿਸਟਰ ਛਾਪੇ ਜਾਣੇ ਸਨ ਉਹਨਾਂ ਦੇ ਵਿੱਚ ਗੜਬੜੀ ਕਿਵੇਂ ਹੋਈ ਇਹ ਜਿਹੜੇ ਪਾਈ ਪਾਈ ਜੋੜਨ ਦੀ ਗੱਲ ਕਹੀ ਜਾ ਰਹੀ ਹੈ ਕਿ ਸਰਕਾਰੀ ਖਜ਼ਾਨੇ ਚ ਪਾਇਆ ਜਾਵੇਗਾ ਤਾਂ ਫਿਰ ਇਹ ਸਰਕਾਰੀ ਖਜ਼ਾਨੇ ਦੇ ਨੂੰ ਲੁੱਟਣ ਵਾਲੇ ਕੌਣ ਨੇ ਕਿਸ ਦੀ ਸ਼ੈਤ ਇਹ ਲੁੱਟਦੇ ਨੇ ਕਿ ਇਸ ਸਰਕਾਰ ਦੇ ਵਿੱਚ ਵੀ ਗੜਬੜੀਆਂ ਹੋ ਰਹੀਆਂ ਨੇ ਜਾਂ ਪਹਿਲਾਂ ਵਾਲਿਆਂ ਨੇ ਇੰਨੀਆਂ ਕੀਤੀਆਂ ਕਿ ਉਹਨਾਂ ਨੂੰ ਵੀ ਕਈ ਵਾਰੀ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਗੱਠਜੋੜ ਦੀ ਸਰਕਾਰ ਦੇ ਨਾਲ ਜਿਹੜੇ ਘਪਲਿਆਂ ਦੀ ਗੱਲ ਸਾਹਮਣੇ ਆਈ ਉਹ ਕੈਪਟਨ ਮਰਿੰਦਰ ਸਿੰਘ ਵੇਲੇ ਜਾਂਚ ਕਈ ਤਰ੍ਹਾਂ ਦੇ ਐਫਆਈਆਰ ਵੀ ਦਰਜ ਹੋਈ ਜਾਂਚ ਵੀ ਸ਼ੁਰੂ ਹੋਈ ਪਰ ਅਖੀਰਲੇ ਦਿਨਾਂ ਦੇ ਵਿੱਚ ਆ ਕੇ ਜਦੋਂ ਕੈਪਟਨ ਮਰਿੰਦਰ ਸਿੰਘ ਵੀ ਕੁਰਸੀ ਤੋਂ ਲਾਂਭੇ ਕਰ ਦਿੱਤੇ ਗਏ ਤੇ ਮੁੱਖ ਮੰਤਰੀ ਬਣਾ ਦਿੱਤੇ ਗਏ ਸੀ ਚਰਨਜੀਤ ਸਿੰਘ ਚੰਨੀ 111 ਦਿਨਾਂ ਲਈ ਉਦੋਂ ਕਈ ਜਾਂਚਾਂ ਨੇ ਜਿਹੜੀਆਂ ਉਹ ਦੱਸਿਆ ਜਾ ਰਿਹਾ ਕਿ ਠੰਡੇ ਬਸਤੇ 'ਚ ਪੈ ਗਿਆ ਸੀ ਬਹੁ ਚਰਚਿਤ ਘਟਾਲੇ ਨੇ ਜਿਹੜੇ ਉਹ ਬਹੁ ਜਦੋਂ ਠੰਡੇ ਬਸਤੇ ਚ ਪੈ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਕੋਈ ਜਫਸਰਾ ਨੇ ਜਾਣੂ ਕਰਵਾਇਆ ਜਾਂ ਕੋਈ ਆਮ ਲੋਕਾਂ ਨੇ ਸ਼ਿਕਾਇਤਾਂ ਦਿੱਤੀਆਂ ਮੁੱਖ ਮੰਤਰੀ ਦਫ਼ਤਰ ਤੱਕ ਤਾਂ ਉਹਨਾਂ ਨੇ ਕਿਹਾ ਕਿ ਕਈ ਮਸਲੇ ਆ ਤੇ ਮੁਰ ਜਾਂਚ ਕਰਾਉਣ ਦੀ ਲੋੜ ਹੈ ਜਿਵੇਂ ਕਿ ਇੱਕ ਸਭ ਤੋਂ ਵੱਡਾ 1000 ਕਰੋੜ ਰੁਪਏ ਤੋਂ ਵੱਧ ਦਾ ਘਟਾਲਾ ਇਰੀਗੇਸ਼ਨ ਦਾ ਉਸ ਦੀ ਵੀ ਮੁਰ ਜਾਂਚ ਕਰਨ ਦੇ ਜਿਹੜੇ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਦਿੱਤੇ ਗਏ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਚਾਹੇ ਹੁਣ ਦੀ ਸਰਕਾਰ ਹੋਵੇ ਜਾਂ ਪਿਛਲੀਆਂ ਹੋਣ ਜਿੱਥੇ-ਜਿੱਥੇ ਵੀ ਕੋਈ ਗੜਬੜੀ ਹੋਈ ਹੈ ਜੇਕਰ ਨਿਰਪੱਖਤਾ ਦੇ ਨਾਲ ਸਮੇਂ ਸਿਰ ਤੇ ਜਾਂਚ ਹੁੰਦੀ ਹੈ ਤਾਂ ਜਿਹੜੇ ਉਹ ਮਗਰਮਾਸ਼ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਪੰਜਾਬ ਦਾ ਖਜ਼ਾਨਾ ਲੁੱਟਣ ਵਾਲੇ ਕਰੋੜਾ ਰੁਪਏ ਅਰਬਾਂ ਰੁਪਏ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ ਠੱਲ ਪਾਈ ਜਾ ਸਕਦੀ ਹੈ ਤੇ ਜਿਹੜੀ ਵਸੂਲੀ ਕਰਨ ਦੀ ਲੋੜ ਹੈ ਉਹਨਾਂ ਅਫਸਰਾਂ ਤੋਂ ਇਹ ਵੀ ਜਾਂਚ ਕਈ ਅਫਸਰਾਂ ਦੀ ਇਹ ਵੀ ਮੰਗੀ ਜਾ ਰਹੀ ਹੈ ਜਾਣਕਾਰੀ ਕਿ ਕਿਹੜੇ-ਕਿਹੜੇ ਅਫਸਰਾਂ ਦੇ ਕੋਲ ਆਮਦਨ ਤੋਂ ਵੱਧ ਜਾਇਦਾਦ ਬਣੀ ਹੈ ਚਾਹੇ ਉਸ ਦੇ ਵਿੱਚ ਸਿਆਸਤਦਾਨ ਨੇ ਅਫਸਰ ਨੇ ਵਾਜ ਅੱਖ ਰੱਖੀ ਹੋਈ ਹੈ ਵਿਜੀਲੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਰੀ ਝੰਡੀ ਦਿੱਤੀ ਹੈ ਇਸੇ ਕਰਕੇ ਸਰਗਰਮੀਆਂ ਵੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਰਕਾਰ ਦੇ ਵਿੱਚ ਵੱਧ ਦੇਖਣ ਨੂੰ ਮਿਲ ਰਹੀਆਂ ਨੇ ਪਰ ਜਿੱਥੋਂ ਤੱਕ ਸਵਾਲ ਇਸ ਆਂਗਣਵੜੀ ਸੈਂਟਰਾਂ ਦੇ ਰਜਿਸਟਰਾਂ ਦਾ ਹੈ ਕਿ ਕੀ ਗੈਰ ਕਾਨੂੰਨੀ ਢੰਗ ਦੇ ਨਾਲ ਪੈਸਾ ਵਿੱਚੋਂ ਖਾਧਾ ਗਿਆ ਕਮਾਇਆ ਗਿਆ ਵੱਡਾ ਪਾੜਾ ਨਜ਼ਰ ਆ ਰਿਹਾ ਜਿਹੜਾ ਅਨੁਮਾਨਤ ਖਰਚੇ ਤੋਂ ਲਾਗਤ ਖਰਚੇ ਦਾ ਇਸ ਦੇ ਵਿੱਚ ਜਦੋਂ ਜਾਂਚ ਮੁਕੰਮਲ ਹੋਵੇਗੀ ਉਦੋਂ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਕੌਣ-ਕੌਣ ਇਸ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਇਸ ਭ੍ਰਿਸ਼ਟਾਚਾਰ ਨੂੰ ਅੰਜਾਮ ਦਿੱਤਾ ਸਾਨੂੰ ਵੀ ਉਡੀਕ ਰਹੇਗੀ ਜਦੋਂ ਵੀ ਇਸ ਮਸਲੇ ਦੇ ਬਾਰੇ ਕੋਈ ਅਪਡੇਟ ਆਵੇਗਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਭ ਤੋਂ ਪਹਿਲਾਂ ਉਹ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ ਇਸ ਰਿਪੋਰਟ ਵਿੱਚ ਇੰਨਾ ਹੀ ਮੈਨੂੰ ਦੁਆਗਿਆ ਧੰਨਵਾਦ